ਇੱਕ ਐਡਵੋਕੇਟ ਹੈਗੇ ਆ ਭਾਈ ਸਾਹਿਬ, ਤੁਸੀਂ ਆ ਮੈਪ ਲੈ ਕੇ ਘੁੰਮ ਰਹੇ, ਕੀ ਹੈ ਮੈਪ ਦੇ ਵਿੱਚ? ਮੈਂ ਦੋ ਗੱਲਾਂ ਜਿਹੜੀਆਂ ਨਾ ਲੈ ਕੇ ਘੁੰਮ ਰਿਹਾ, ਮੈਂ ਬਾਈ ਪ੍ਰੋਫੈਸ਼ਨ, ਮੈਂ ਐਡਵੋਕੇਟ। ਇੱਕ ਤਾਂ ਕਿ ਸਾਡਾ ਕੌਨਸਟੀਟਿਊਸ਼ਨ ਸਾਡੀ ਸਭ ਤੋਂ ਜਿਹੜੀ ਪਵਿੱਤਰ ਬੁੱਕ ਹੈ ਇਹਦੇ ਅੰਦਰ, ਹਿੰਦੁਸਤਾਨ ਦੇ ਅੰਦਰ ਜਿਹੜਾ ਸੰਵਿਧਾਨ ਬਣਾਇਆ, ਅਸੀਂ ਸਾਰੇ ਉਸ ਦੀ ਪਾਲਣਾ ਕਰਨ ਲਈ ਪਾਬੰਦ ਹਾਂ। ਕੌਨਸਟੀਟਿਊਸ਼ਨ ਦਾ ਆਰਟੀਕਲ 19 ਹੈ ਜਿਹੜਾ ਆਰਟੀਕਲ ਇਹ ਇਜਾਜ਼ਤ ਦਿੰਦਾ ਕਿ ਮੈਂ ਆਪਣੀ ਗੱਲ ਕਹਿਣੀ ਹੈ, ਕਹਿ ਸਕਦਾ ਆਪਣੀ, ਆਪਣੇ ਆਪ ਨੂੰ ਅਭਿਵਿਅਕਤ ਕਰ ਸਕਦਾ ਕਿਤੇ ਵੀ, ਜਿਹੜਾ ਕਿਤੇ ਵੀ ਜਾ ਕੇ ਪੂਰੇ ਹਿੰਦੁਸਤਾਨ ਦੇ ਅੰਦਰ। ਮੈਂ ਯੂਨੀਅਨ ਬਣਾ ਸਕਦਾ, ਮੈਂ ਐਸੋਸੀਏਸ਼ਨ ਬਣਾ ਸਕਦਾ, ਸਾਰਿਆਂ ਨੂੰ ਅਧਿਕਾਰ ਹੈ। ਜਿਹੜਾ ਹਿੰਦੁਸਤਾਨ ਦਾ ਨਾਗਰਿਕ ਹੈ, ਸਿਟੀਜ਼ਨ ਹੈ ਜਿਹੜਾ ਹਿੰਦੁਸਤਾਨ ਦਾ, ਉਸ ਨੂੰ ਅਧਿਕਾਰ ਹੈ ਕਿ ਉਹ ਆਪਣੇ ਆਪ ਨੂੰ ਕਿਤੇ ਜਾ ਕੇ ਐਕਸਪ੍ਰੈਸ ਕਰੇ। ਉਹਦਾ ਅਧਿਕਾਰ ਹੈ ਕਿ ਉਹ ਮੂਵ ਕਰੇ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ, ਸਾਰੇ ਹਿੰਦੁਸਤਾਨ 'ਚ ਕਿਤੇ ਵੀ ਜਾ ਸਕਦਾ। ਉਸ 'ਤੇ ਕਿਤੇ ਵੀ ਜਾਣ ਦੀ ਕੋਈ ਪਾਬੰਦੀ ਨਹੀਂ ਹੈ। ਪਾਬੰਦੀਆਂ ਲਾ ਸਕਦੀ ਹੈ ਸਿਰਫ ਕਿੱਥੇ ਸਰਕਾਰ ਲਾ ਸਕਦੀ ਹੈ, ਜਿੱਥੇ ਹੋਵੇ ਕਿ ਮੁਲਕ ਦੀ ਪ੍ਰਭੂਸੱਤਾ ਨੂੰ ਖਤਰਾ, ਮੁਲਕ ਦੀ ਅਖੰਡਤਾ ਨੂੰ ਖਤਰਾ, ਗੁਆਂਢੀ ਜਿਹੜੇ ਦੇਸ਼ ਹੈ ਉਹਨਾਂ ਨਾਲ ਸਾਡੇ ਰਿਲੇਸ਼ਨ ਖਰਾਬ ਹੁੰਦੇ ਹੈ, ਪਬਲਿਕ ਆਰਡਰ ਨੂੰ ਖਤਰਾ, ਕਾਨੂੰਨ ਬਣਾ ਕੇ। ਕਾਨੂੰਨ ਬਣਾਏ ਤੋਂ ਬਗੈਰ ਕੋਈ ਸੜਕ 'ਤੇ ਆ ਕੇ ਪਾਬੰਦੀ ਨਹੀਂ ਲਾ ਸਕਦਾ ਹੈ। ਉਹਨਾਂ ਨੇ ਕਾਨੂੰਨ ਬਣਾਉਣਾ ਸੰਵਿਧਾਨ ਨੂੰ ਕਿ ਅਸੀਂ ਇਹ ਉਹਨਾਂ ਨੂੰ ਰੀਜਨੇਬਲ ਰਿਸਟ੍ਰਿਕਸ਼ਨ ਕਹਿੰਦੇ ਆ, ਵਾਜਬ ਪਾਬੰਦੀਆਂ, ਉਹ ਕਾਨੂੰਨ ਬਣਾ ਕੇ ਲੱਗ ਸਕਦੀਆਂ, ਬਰੂਨ ਕਾਨੂੰਨ ਤੋਂ ਨਹੀਂ ਬਣਾ ਸਕਦੀ। ਹਰਿਆਣੇ ਦੀ ਸਰਕਾਰ ਕੋਲ ਐਸਾ ਕੋਈ ਅਧਿਕਾਰ ਨਹੀਂ ਹੈ ਕਿ ਉਹ ਆ ਕੇ ਸੜਕ ਬਲੋਕ ਕਰ ਲਵੇ ਅਤੇ ਸੜਕ ਬਲੋਕ ਕਰਕੇ ਕਹੇ ਲੋਕਾਂ ਨੂੰ ਕਿ ਤੁਸੀਂ ਇਸ ਤੋਂ ਅੱਗੇ ਨਹੀਂ ਜਾਣ ਦੇਣਾ। ਦੂਜਾ ਕੁਐਸਚਨ ਇਹਦੇ 'ਚ ਜਿਹੜਾ ਬਹੁਤ ਹੋਰ ਵੀ ਸੀਰੀਅਸ ਕੁਐਸਚਨ ਹੈ, ਆਹ ਇੱਕ ਮੈਪ ਹੈ, ਆਹ ਗੂਗਲ ਤੋਂ ਮੈਂ ਲੋਡ ਕੀਤਾ ਹੋਇਆ ਮੈਪ ਹੈ। ਇਹ ਅੰਬਾਲਾ ਰਾਜਪੁਰਾ ਰੋਡ ਹੈ, ਇਹਨੂੰ ਤੁਸੀਂ ਉਹ ਕਰਕੇ ਲੈ ਲਓ। ਇਹ ਘੱਗਰ ਹੈ ਜਾ ਰਿਹਾ, ਜਿਹੜਾ ਇਹ ਘੱਗਰ ਪੰਜਾਬ ਦੀ ਟੈਰੀਟਰੀ 'ਚ ਜਾ ਰਿਹਾ, ਆਹ ਸੜਕ ਕ੍ਰੋਸ ਕਰ ਰਿਹਾ ਜਿੱਥੇ ਅਸੀਂ ਖੜ੍ਹੇ ਹਾਂ, ਇਸ ਤੋਂ ਅਗਲੇ ਪਾਸੇ ਘੱਗਰ। ਇਸ ਤੋਂ ਘੱਗਰ ਤੋਂ ਅੱਗੇ ਨੀਅਰ ਅਬਾਊਟ 500 ਮੀਟਰ ਤੋਂ ਵੀ ਅੱਗੇ ਜਾ ਕੇ ਹਰਿਆਣਾ ਸ਼ੁਰੂ ਹੁੰਦਾ ਹੈ। ਇਹ ਆ ਕੇ ਪੰਜਾਬ ਦੀ, ਹਰਿਆਣੇ ਦੀ ਪੁਲਿਸ ਨੇ ਪੰਜਾਬ ਦੀ ਟੈਰੀਟਰੀ 'ਚ ਘੱਗਰ 'ਤੇ ਆਹ ਬੈਰੀਕੇਡ ਲਾਤੇ, ਜਿਹੜਾ ਕੋਈ ਵੀ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਵੀ ਕਿ ਤੁਸੀਂ ਦੂਜੇ ਸੂਬੇ ਦੀ ਇੱਕ ਸੂਬਾ ਜਾ ਕੇ ਉੱਥੇ ਬੈਰੀਕੇਡ ਲਾ ਦੇਵੇ, ਉੱਥੇ ਕਿੱਲਾ ਲਾ ਦੇਵੇ, ਉੱਥੇ ਜਿਹੜਾ ਮਤਲਬ ਐਸਾ ਕੁਛ ਉਹਨਾਂ ਰੋਕ ਦੇਵੇ ਵੀ ਤੁਹਾਨੂੰ ਅਸੀਂ ਆਪਣੀ ਟੈਰੀਟਰੀ 'ਚ, ਜੋ ਇੱਥੇ ਲਾਉਂਦੇ ਤਾਂ ਕੋਈ ਹੋਰ ਗੱਲ ਸੀ, ਇੱਥੇ ਲਾ ਕੇ ਉਹਨਾਂ ਨੇ ਗੈਰ ਕਾਨੂੰਨੀ ਕੰਮ ਕੀਤਾ ਹੈ। ਜਿਹੜੇ ਲੋਕ, ਜਿਹਨਾਂ ਲੋਕਾਂ ਦੇ ਜ਼ਿੰਮੇ ਹੈ ਕਿ ਸੰਵਿਧਾਨ ਦੀ ਰਾਖੀ ਕਰਨੀ ਹੈ, ਜਿਨ੍ਹਾਂ ਨੇ ਸੰਵਿਧਾਨ ਦੀਆਂ ਕਸਮਾਂ ਖਾਈਆਂ ਹੈ, ਮਤਲਬ ਜਿਹੜੇ ਪੁਜੀਸ਼ਨ 'ਚ ਬੈਠੇ, ਪਾਵਰ 'ਚ ਬੈਠੇ ਹੈ, ਉਹ ਇਸ ਸੰਵਿਧਾਨ ਦੇ ਪਰਖ 'ਚ ਉਡਾ ਰਹੇ ਹੈ। ਜਿਹੜੇ ਲੋਕ, ਇਹਨਾਂ 'ਚੋਂ ਕਿਸੇ ਨੇ ਸੰਵਿਧਾਨ ਦੀ ਕਸਮ ਨਹੀਂ ਖਾਈ, ਕਿਉਂਕਿ ਇਸ ਕਰਕੇ ਨਹੀਂ ਕਿ ਉਹਨਾਂ, ਕਿਉਂਕਿ ਇਹਨਾਂ ਨੂੰ ਸੰਵਿਧਾਨ ਦੀ ਕਸਮ ਕਰਨ ਦਾ ਮੌਕਾ ਹੀ ਨਹੀਂ ਮਿਲਿਆ ਕਦੇ, ਕਿਉਂਕਿ ਇਹ ਕਿਤੇ ਐਸੀ ਪੋਜੀਸ਼ਨ 'ਚ ਪਹੁੰਚਿਆ ਹੀ ਨਹੀਂ ਹੈ ਜਿੱਥੇ ਇਹਨਾਂ ਨੂੰ ਸੰਵਿਧਾਨ ਦੀ ਕਸਮ ਖਾਣੀ ਪਵੇ। ਸੋ ਇਸ ਕਰਕੇ ਉਹ ਸਰਕਾਰ ਜਿਹੜੀ ਹੈ, ਇਸ ਸਰਕਾਰ ਦੇ ਖਿਲਾਫ਼ ਮੁਕੱਦਮੇ ਦਾਇਰ ਕਰਨੇ ਬਣਦੇ ਹੈ, ਅਤੇ ਪੰਜਾਬ ਦੀ ਸਰਕਾਰ ਪਤਾ ਨਹੀਂ ਕਿੱਥੇ ਸੁੱਤੀ ਪਈ ਹੈ, ਜਿਹੜੀ ਉਹਨਾਂ ਨੂੰ ਪਰਮਿਟ ਕਰ ਰਹੀ ਹੈ ਆਪਣੀ ਟੈਰੀਟਰੀ ਦੇ ਆ ਕੇ ਅੰਦਰ। ਸਵਾਲ ਹੁਣ ਇਹ ਹੈ ਸਿੰਪਲ ਜਿਹਾ, ਤੁਸੀਂ ਇੱਥੇ ਲੈ ਕੇ ਉਸਨੂੰ ਕੀ ਕਰ ਰਹੇ ਹੋ? ਹਾਈਕੋਰਟ ਗਏ ਹੋ, ਹਾਈਕੋਰਟ ਦੇ ਵਿੱਚ ਕੋਈ ਪਟੀਸ਼ਨ ਰਿਟ ਫਾਈਲ ਕੀਤੀ ਹੈ ਤੁਸੀਂ ਇਸ ਚੀਜ਼ ਨੂੰ ਲੈ ਕੇ? ਹਾਈਕੋਰਟ 'ਚ ਮੈਂ ਨਹੀਂ ਰਿਟ ਫਾਈਲ ਕੀਤੀ, ਅਸੀਂ ਤਿਆਰੀ ਕਰ ਰਹੇ ਹਾਂ ਰਿਟ ਫਾਈਲ ਕਰਨ ਦੀ। ਮੈਂ ਆਇਆ ਹੀ ਇਸੇ ਕਰਕੇ ਹਾਂ, ਸਾਰਾ ਉਹ ਕਰਨ ਲਈ। ਹਾਈਕੋਰਟ 'ਚ ਰਿਟ ਫਾਈਲ ਹੋ ਚੁੱਕੀ ਹੈ, ਹਾਈਕੋਰਟ ਨੇ ਉਹਦਾ ਨੋਟਿਸ ਲਿਆ, ਹਾਈਕੋਰਟ ਨੇ ਉਹਦਾ ਨੋਟਿਸ ਲੈ ਕੇ ਇਹ ਕਿਹਾ ਕਿ ਹਰਿਆਣੇ ਦੀ ਸਰਕਾਰ ਨੂੰ ਇਸ ਤਰ੍ਹਾਂ ਬੈਰੀਕੇਡ, ਨੈਸ਼ਨਲ ਹਾਈਵੇ ਹੈ, ਨੈਸ਼ਨਲ ਹਾਈਵੇ 'ਤੇ ਇਸ ਤਰ੍ਹਾਂ ਬੈਰੀਕੇਡ ਲਾਉਣ ਦਾ ਕੋਈ ਅਧਿਕਾਰ ਨਹੀਂ। ਉਹਨਾਂ ਨੇ ਇਹ ਪੁਆਇੰਟ ਕਿਸੇ ਨੇ ਸ਼ਾਇਦ ਲਿਆ ਨਾ ਹੋਵੇ ਕਿ ਉਹ ਪੰਜਾਬ ਦੀ, ਉਹ ਇਕੱਲੀ ਉਹਦੇ 'ਚ ਨਹੀਂ, ਪੰਜਾਬ ਦੀ ਟੈਰੀਟਰੀ 'ਚ ਆ ਕੇ ਉਹਨਾਂ ਨੇ ਲਾਏ ਹੈ, ਹਰਿਆਣੇ ਦੀ ਟੈਰੀਟਰੀ 'ਚ ਨਹੀਂ ਲਾਏ ਹੈ, ਪੰਜਾਬ ਦੀ ਟੈਰੀਟਰੀ 'ਚ ਲਾ ਕੇ ਆ ਕੇ ਉਹਨਾਂ ਨੂੰ ਡਰੋਨ ਛੱਡਣ ਦਾ, ਉਹਨਾਂ ਨੂੰ ਗੋਲੀਆਂ ਮਾਰਨ ਦਾ, ਉਹਨਾਂ ਨੂੰ ਇੱਥੇ ਜਿਹੜੇ ਲੋਕਾਂ ਨੂੰ ਡਾਂਗਾ ਮਾਰਨ ਦਾ, ਉਹਨਾਂ ਦੇ ਲੋਕਾਂ ਨੂੰ ਅੱਥਰੂ ਵਹਿ ਛੱਡਣ ਦਾ ਕੋਈ ਵੀ ਅਧਿਕਾਰ ਨਹੀਂ ਹੈ। ਕਹਿੰਦੇ ਕੋਈ ਵੀ ਅਧਿਕਾਰ ਨਹੀਂ ਹੈਗਾ ਉਹਨਾਂ ਨੂੰ ਇਸ ਤਰ੍ਹਾਂ ਪੰਜਾਬ ਦੀ ਹੱਦ ਦੇ ਵਿੱਚ ਬੈਰੀਕੇਟਿੰਗ ਕਰਨ ਦਾ, ਇੱਥੇ ਆ ਕੇ ਗੋਲੀਆਂ ਮਾਰਨ ਦਾ, ਇੱਥੇ ਆ ਕੇ ਅੱਥਰੂ ਗੈਸ ਦੇ ਗੋਲੇ ਛੱਡਣ ਦਾ। ਹੁਣ ਸਵਾਲ ਇੱਥੇ ਬਹੁਤ ਸਾਰੇ ਖੜ੍ਹੇ ਹੋ ਰਹੇ ਕਿ ਉਹ ਵਾਕਿਆ ਹੀ ਪੰਜਾਬ ਦੀ ਟੈਰੀਟਰੀ ਦੇ ਵਿੱਚ ਹੈ? ਜੇਕਰ ਉਹ ਪੰਜਾਬ ਦੀ ਟੈਰੀਟਰੀ ਦੇ ਵਿੱਚ ਹੈ ਤਾਂ ਕੀ ਉਹਨਾਂ ਨੇ ਕਿਸੇ ਤੋਂ ਪਰਮਿਸ਼ਨ ਲਿੱਤੀ ਹੈ? ਅਤੇ
ਕੇਂਦਰ ਸਰਕਾਰ ਦੀਆਂ ਕੀ ਗਾਈਡਲਾਈਨ ਇਸ ਨੂੰ ਲੈ ਕੇ, ਕਿਉਂਕਿ ਕੇਂਦਰ ਸਰਕਾਰ ਵੱਲੋਂ ਵੀ ਇੰਟਰਨੈਟ ਉੱਪਰ ਪਾਬੰਦੀ ਲਗਾਈ ਗਈ ਆ, ਪਰ ਫਿਲਹਾਲ ਦੀ ਘੜੀ ਜੋ ਸਥਿਤੀ ਹੈ ਤੁਹਾਡੇ ਸਾਹਮਣੇ ਹੈ, ਕਿਸਾਨ ਇੱਧਰ ਹੈ, ਜਵਾਨ ਉੱਧਰ ਹੈ।